ਜਗਪਾਈ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ 16 ਮਾਰਚ ਨੂੰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਅਹੁਦੇ ਦੀ ਸੌ ਚੁੱਕਣਗੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆ ਚੁੱਕੀ ਹੈ ਪਰ ਆਮ ਆਦਮੀ ਪਾਰਟੀ ਨੂੰ ਕੀ ਕੀ ਚੁਣੌਤੀਆਂ ਦਰਪੇਸ਼ ਆ ਸਕਦੀਆਂ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਐਡਵੋਕੇਟ ਨਵਕਿਰਨ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਰ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਜਿੱਤ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਇਹ ਬੜੀ ਜਿੱਤ ਦੀ ਬੜੀ ਉਡੀਕ ਸੀਗੀ ਜਦੋਂ ਪਿਛਲੀ ਵਾਰੀ ਇਲੈਕਸ਼ਨ ਹੋਈ ਕੁਝ ਸਟ੍ਰੈਟੇਜੀ ਠੀਕ ਫਾਰਮ ਨਹੀਂ ਕੀਤੀ ਗਈ ਸੀ ਐਮ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਗਿਆ ਜਿਹਦੇ ਕਰਕੇ ਆਮ ਆਦਮੀ ਪਾਰਟੀ ਜਿਹੜੀ ਹਾਰ ਗਈ ਤੇ ਲੋਕਾਂ ਦਾ ਵਿਸ਼ਵਾਸ ਨਹੀਂ ਬਣਿਆ ਤਾਂ ਐਥ ਕੀ ਜਦੋਂ ਆਮ ਆਦਮੀ ਪਾਰਟੀ ਲੜੀ ਤੇ ਸਾਰੀ ਪੰਜਾਬ ਹੀ ਜਿਹੜਾ ਹੈਗਾ ਉਹ ਅਕਾਲੀ ਦਲ ਤੇ ਕਾਂਗਰਸ ਤੋਂ ਤੰਗ ਆਇਆ ਹੋਇਆ ਸੀ ਰਵਾਇਤੀ ਲੀਡਰਸ਼ਿਪ ਤੋਂ ਤੰਗ ਆਇਆ ਸੀ ਤੇ ਉਹਨਾਂ ਨੇ ਇੱਕ ਮੌਕਾ ਦਿੱਤਾ ਸੋ ਬੜੀ ਖੁਸ਼ੀ ਦੀ ਗੱਲ ਹੈ ਜਿੱਤ ਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਪਹਿਲਾਂ ਇਹ ਜਿਹੜੀਆਂ ਪਾਰਟੀਆਂ ਸੀਗੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਚੱਲਦੀਆਂ ਆ ਰਹੀਆਂ ਸੀਗੀਆਂ ਪਹਿਲਾਂ ਕਾਫੀ ਸੁਭਗਾਹਟ ਹੁੰਦੀ ਸੀਗੀ ਚਰਚਾ ਹੁੰਦੀ ਸੀ ਕਿ ਵੇ ਇਹਨਾਂ ਤੋਂ ਜਿਤਨਾ بڑا ਔਖਾ ਵਾ ਕਿਵੇਂ ਦੇਖਦੇ ਹਾਂ ਇਹ ਜਿਹੇ ਮੌਕੇ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਨਵੀਂ ਨਰੋਈ ਪਾਰਟੀ ਉੱਪਰ ਕੇ ਸਾਹਮਣੇ ਆਉਂਦੀ ਹੈ ਪੰਜਾਬ ਦੇ ਵਿੱਚ ਆਪਣੇ ਪੈਰ ਚ ਮੋਣੇ ਸ਼ੁਰੂ ਕਰਦੀ ਹੈ ਜਿਵੇਂ ਕਿ ਤੁਸੀਂ ਵੀ ਪਹਿਲਾਂ ਕਿਹਾ ਕਿ ਵੀ ਚਿਹਰਾ ਨਹੀਂ ਸੀ ਡਿਕਲੇਅਰ ਹੋਇਆ ਉਹਦਾ ਵੀ ਖਾਮ ਐਸ ਅ ਪੁਖਤਨਾ ਪਿਆ ਤੇ ਜਦੋਂ ਏਡੇ ਵੱਡੇ ਵੱਡੇ ਧੁਰੰਦਰ ਬੈਠੇ ਸੀਗੇ ਉਹਨਾਂ ਨੂੰ ਹਰਾਉਣਾ ਕਿੰਨਾ ਕ ਆਸਾਨ ਸੀਗਾ ਕਿ ਇਹ ਜਿਹੜੇ ਪੰਜਾਬ ਦੇ ਲੋਕ ਸੀਗੇ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਸੀ ਮਿਲਦੇ ਪਏ ਉਸੇ ਕਰਕੇ ਜਿੱਤ ਹਾਸਲ ਹੋਈ ਹੈ ਦੇਖੋ ਲੋਕਾਂ ਦੇ ਵਿੱਚ ਸਾਰੀ ਤਾਕਤ ਹੈ ਲੋਕ ਮੈਂ ਤਾਂ ਦੱਸਿਆ ਹੈ ਕਿ ਅਕਾਲੀ ਦਲ ਤੋਂ ਕਾਂਗਰਸ ਤੋਂ ਤਾਂ ਗਏ ਹੋਏ ਸੀ ਆਲਟਰਨੇਟ ਕੁਝ ਸੀਗਾ ਨਹੀਂ ਕੇਜਰੀਵਾਲ ਹੋਰਾਂ ਨੇ ਜਿਹੜਾ ਦਿੱਲੀ ਵਿੱਚ ਨਿਜ਼ਾਮ ਚਲਾਇਆ ਉਹ ਲੋਕਾਂ ਨੇ ਐਪਰੀਸ਼ੀਏਟ ਕੀਤਾ ਉਹ 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 ਦਿੱਲੀ ਵਿੱਚ ਯੂ ਅਪਰੀਸ਼ੀਏਟ ਹੋਇਆ ਉਹ ਵਰਲਡ ਵਾਈਡ ਵੀ ਉਹਨਾਂ ਨੇ ਜਿਵੇਂ ਸਕੂਲਸ ਨੂੰ ਅਪਗ੍ਰੇਡ ਕੀਤਾ ਐਂਡ ਉਹਨੂੰ ਅਪਰੀਸ਼ੀਏਟ ਕੀਤਾ ਗਿਆ ਸੋ ਉਹਨਾਂ ਨੇ ਕਰਕੇ ਦਿਖਾਇਆ ਦੂਸਰਾ ਦਿੱਲੀ ਦੇ ਵਿੱਚ ਉਹਨਾਂ ਵੀ ਐ ਸਗੀ ਹਸਰਤ ਕਿ ਦਿੱਲੀ ਵਿੱਚ ਇੱਕ ਪੂਰੀ ਸਟੇਟ ਨਹੀਂ ਹੈਗੀ ਤੇ ਉਹਦੇ ਕਰਕੇ ਉਹਨਾਂ ਦੇ ਹੱਥ ਬੰਨੇ ਹੋਏ ਨੇ ਤੇ ਉਹ ਚੰਦੇ ਸੀ ਕਿ ਇਹੋ ਜੀ ਸਟੇਟ ਹੋਵੇ ਜਿਹੜੇ ਦੇ ਵਿੱਚ ਮੈਂ ਪੂਰਾ ਮੇਰੀ ਪਾਰਟੀ ਰਾਜ ਕਰ ਸਕੇ ਤੇ ਮੈਂ ਕਰਕੇ ਦਿਖਾਵਾਂ ਕਿ ਮੈਂ ਪੂਰੀ ਇੱਕ ਸਟੇਟ ਨੂੰ ਸੰਭਾਲ ਸਕਦਾ ਤੇ ਇੱਕ ਸੈਂਪਲ ਪੇਸ਼ ਕਰ ਸਕਾਂ ਇੰਡੀਆ ਵਾਸਤੇ ਤੋਂ ਇਸ ਕਰਕੇ ਜਿਹੜਾ ਹੈਗਾ ਜਿਹੜਾ ਦਿੱਲੀ ਦਾ ਨਿਜ਼ਾਮ ਹੈ ਉਹ ਇੱਕ ਐਗਜ਼ਾਮਪਲ ਜਿਵੇਂ ਮੋਦੀ ਹੋਰਾਂ ਨੇ ਕਿਹਾ ਸੀ ਜੀ ਗੁਜਰਾਤ ਮਾਡਲ ਮੈਂ ਦਿਖਾ ਰਿਹਾ ਹਾਂ ਉਸ ਤਰ੍ਹਾਂ ਹੀ ਦਿੱਲੀ ਮਾਡਲ ਦਿਖਾ ਕੇ ਇਹਨਾਂ ਨੇ ਜਿਹੜਾ ਹੈਗਾ ਵੋਟਾਂ ਹਾਸਲ ਕੀਤੀਆਂ ਨੇ ਹਾਂ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਇੱਕ ਬੜਾ ਵੱਡਾ ਜਿਹੜਾ ਹੈਗਾ ਟੈਸਟ ਹੈ ਜਿਨੇ ਜ਼ਿਆਦਾ ਲੋਕਾਂ ਨੇ ਵੋਟਾਂ ਪਾਈਆਂ ਨੇ ਜਿੰਨੀਆਂ ਜ਼ਿਆਦਾ ਸੀਟਾਂ ਆਈਆਂ ਨੇ ਉਨਾ ਹੀ ਵੱਡਾ ਇਹਨਾਂ ਤੇ ਪ੍ਰੈਸ਼ਰ ਰਹੇਗਾ ਇਮਤਿਹਾਨ ਰਹੇਗਾ ਤੇ ਮੇਰੇ ਖਿਆਲ ਚੰਗਾ ਵੀ ਹੈ ਕਿਉਂਕਿ ਭਗਵੰਤ ਮਾਨ ਹੋਰ ਨੇ ਵੀ ਇਹ ਗੱਲ ਕਹੀ ਹੈ ਕਿ ਜਿੰਨੀਆਂ ਜ਼ਿਆਦਾ ਲੋਕਾਂ ਨੇ ਸਾਨੂੰ ਸੀਟਾਂ ਦਿੱਤੀ ਹੈ ਉਨਾ ਹੀ ਸਾਡੇ ਤੇ ਪ੍ਰੈਸ਼ਰ ਹੋਏਗਾ ਤੇ ਉਨੀ ਜ਼ਿੰਮੇਵਾਰੀ ਸਾਡੀ ਵੱਜ ਜਾਂਦੀ ਹੈ ਜ਼ਿੰਮੇਵਾਰੀ ਹੋਣੀ ਵੀ ਚਾਹੀਦੀ ਹੈ ਲੋਕਾਂ ਨੇ ਵੋਟਾਂ ਪਾਈਆਂ ਨੇ ਤੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੂੰ ਕਾਮਯਾਬ ਹੋਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ ਐ ਸਰ ਕੇਵੇਂ ਦੇਖਦੇ ਹਾਂ ਜੋ ਮਾਫੀਆ ਰਾਜ ਦੀ ਗੱਲ ਚੱਲਦੀ ਸੀ ਕਿ ਪੰਜਾਬ ਦੇ ਵਿੱਚ ਮਾਫੀਆ ਰਾਜ ਚੱਲਦਾ ਪਿਆ ਵਾ ਉਹਨਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਉਹਨਾਂ ਤੇ ਠੱਲ ਪਾਉਣਾ ਆਮ ਆਦਮੀ ਪਾਰਟੀ ਦੇ ਲਈ ਕਿੰਨਾ ਕੁ ਸੌਖਾ ਤੇ ਕਿੰਨਾ ਕੁ ਔਖਾ ਦੇਖੋ ਜਿਹੜੇ ਮਾਫੀਆਜ਼ ਹੈਗੇ ਨੇ ਇਹ ਮਾਫੀਆਜ਼ ਇੱਕ ਤਾਂ ਪੋਲਿਟਿਸ਼ੀਅਨਸ ਦੀ ਮਦਦ ਬਿਨਾ ਮਾਫੀਆ ਨਹੀਂ ਚੱਲਦੇ ਇੱਕ ਪੁਲਿਸ ਦੀ ਮਦਦ ਬਿਨਾ ਨਹੀਂ ਚੱਲਦੇ ਸੋ ਮਾਫੀਏ ਜਿਸੇ ਵੀ ਰਹੇ ਨੇ ਉਹ ਸਾਰੇ ਜਿਹੜੀ ਐ ਸਟੇਟ ਪ੍ਰੋਟੈਕਸ਼ਨ ਥੱਲੇ ਚੱਲਦੇ ਨੇ ਸੋ ਮਾਫੀਆ ਨੂੰ ਰੋਕਣਾ ਕੋਈ ਔਖਾ ਕੰਮ ਨਹੀਂ ਹੈ ਭਾਵੇਂ ਉਹ ਰੇਤ ਮਾਫੀਆ ਹੋਵੇ ਭਾਵੇਂ ਉਹ ਲੈਂਡ ਮਾਫੀਆ ਹੋਵੇ ਭਾਵੇਂ ਉਹ ਡਰੱਗ ਮਾਫੀਆ ਹੋਵੇ ਸਾਰੇ ਦੇ ਸਾਰੇ ਜਿਹੜੇ ਐ ਪੋਲਿਟੀਕਲ ਪੈਟਰੋਨੇਜ ਦੇ ਨਾਲ ਚੱਲਦੇ ਨੇ ਇਸ ਸਮੇਂ ਦੇ ਨਾਲ ਦੱਸ ਦਿੱਤਾ ਤੇ ਪੁਲਿਸ ਦੀ ਮਦਦ ਮਿਣਾਨੇ ਚੱਲਦੇ ਸੋ ਜੇ ਜਿਹੜੇ ਹੁਕਮਰਾਨ ਨੇ ਜਿਓ ਚਾਂ ਬਿਹਾਂ ਜੀ ਅਸੀਂ ਮਾਫੀਆ ਰਾਜ ਖਤਮ ਕਰਨਾ ਹੈ ਤੇ ਕੋਈ ਵੱਡੀ ਗੱਲ ਨਹੀਂ ਹੈ ਤੇ ਮਾਫੀਆ ਰਾਜ ਖਤਮ ਹੋ ਸਕਦਾ ਹੈ ਲੋਕ ਜਿਹੜੇ ਨੇ ਉਹ ਬੋਲਡ ਚਾਹੀਦੇ ਨੇ ਤੇ ਮੈਨੂੰ ਲੱਗਦਾ ਉਹ ਬੋਲਡਨੈਸ ਆ ਗਈ ਹੈ ਇੱਕ ਮੌਕਾ ਆਇਆ ਪੰਜਾਬ ਨੂੰ ਤੇ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਤੇ ਸਰ ਜਿਹੜਾ ਬੇਅਦਬੀ ਦਾ ਇਸ਼ੂ ਹੈਗਾ ਵਾ ਬਹੁਤ ਵੱਡਾ ਇਸ਼ੂ ਹੈ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ 2015 ਤੋਂ ਉਹਦਾ ਇਨਸਾਫ ਨਹੀਂ ਮਿਲਿਆਗਾ। ਕੁਮਰ ਵਿਜੇ ਪ੍ਰਤਾਪ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਸੀਗਾ ਇੱਕ ਨਿੱਜੀ ਚੈਨਲ ਨੂੰ ਉਹਨਾਂ ਨੇ ਕਿਹਾ ਸੀਗਾ ਕਿ ਵੀ ਇਹ ਵੀ ਇੱਕ ਜਿਹਾ ਮਾਮਲਾ 84 ਦੀ ਤਰ੍ਹਾਂ ਜਿਹਦਾ ਇਨਸਾਫ ਆਉਣ ਵਾਲੀਆਂ ਪੀੜ੍ਹੀਆਂ ਵੀ ਉਡੀਕਦੀਆਂ ਰਹਿਣਗੀਆਂ। ਹੁਣ ਕੀ ਲੱਗਦਾ ਹੈ ਕਿ ਵੀ ਮੌਜੂਦਾ ਸਥਿਤੀ ਤੁਹਾਨੂੰ ਕੀ ਕਹਿੰਦੀ ਹੈ? ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਇਨਸਾਫ ਦਵਾ ਪਾਊ ਕੀ ਪੰਜਾਬ ਦੀ ਜਨਤਾ ਨੂੰ ਦੇਖੋ ਜਿਹੜਾ ਬੇਅਦਬੀ ਦੇ ਕੇਸ ਦੇ ਵਿੱਚ ਇਨਸਾਫ ਨਾ ਮਿਲਣਾ ਉਹਦਾ ਇੱਕ ਬੜਾ ਵੱਡਾ ਕਾਰਨ ਹੈ ਕਿ ਜਿਹੜਾ ਗੁਰਮੀਤ ਰਾਮ ਰਹੀਮ ਹੈ ਉਹਦਾ ਵੋਟ ਬੈਂਕ ਬੜਾ ਤਕੜਾ ਸੀ। ਜੀ। ਉਸ ਵੋਟ ਬੈਂਕ ਦਾ ਕਾਂਗਰਸ ਵੀ ਫਾਇਦਾ ਲੈਂਦੀ ਰਹੀ ਹੈ, ਅਕਾਲੀ ਦਲ ਵੀ ਲੈਂਦਾ ਰਿਹਾ ਹੈ। ਇਸ ਵਾਰੀ ਜਿਹੜੇ ਉਹ ਫਾਇਦਾ ਭਾਜਪੀ ਨੇ ਲੈਣ ਦੀ ਕੋਸ਼ਿਸ਼ ਕੀਤੀ ਹੈ, ਕੁਝ ਫਾਇਦਾ ਅਕਾਲੀ ਦਲ ਨੂੰ ਵੀ ਹੋਇਆ ਹੈ। ਕਾਂਗਰਸ ਨੇ ਨਹੀਂ ਲਿਆ। ਸੋ ਹੁੰਦਾ ਕੀ ਆਇਆ ਕਿ ਪਹਿਲੇ ਤਾਂ ਬੇਅਦਬੀਆਂ ਕਰਨ ਵਾਲਿਆਂ ਨੂੰ ਮਾਫੀ ਦਵਾਉਂਦੇ ਰਹੇ ਨੇ ਅਕਾਲੀ ਆਪ ਦਵਾਉਂਦੇ ਰਹੇ ਨੇ ਜਿਨ੍ਹਾਂ ਕਰਕੇ ਉਹ ਇੱਕ ਇਲੈਕਸ਼ਨ ਹਾਰੇ ਤੇ ਹੁਣ ਦੂਜੀ ਇਲੈਕਸ਼ਨ ਹਾਰੇ ਤੇ ਬੇਅਦਬੀਆਂ ਦੇ ਕੇਸ ਦੇ ਵਿੱਚ ਇਨਸਾਫ ਨਾ ਮਿਲਣ ਦਾ ਕਾਰਨ ਸਿਰਫ ਗੁਰਮੀਤ RAM ਰਹੀਮ ਦਾ ਟਕੜੇ ਹੋਣਾ ਸੀਗਾ ਜਿਹੜਾ ਕਿ ਅੱਜ ਉਹ ਟਕੜਾ ਨਹੀਂ ਹੈ ਇਹ ਆਮ ਆਦਮੀ ਦੀ ਸਰਕਾਰ ਨੇ ਇਹ ਦੇਖ ਲਿਆ ਵੀ ਡੇਰੇਆਂ ਦੀ ਵੋਟਾਂ ਦੇ ਬਿਨਾਂ ਵੀ ਤੁਸੀਂ ਸਰਕਾਰ ਬਣਾ ਸਕਦੇ ਹੋ ਸੋ ਜਿਹੜੀ ਰਵਾਇਤੀ ਪੋਲਿਟਿਕਸ ਸੀਗੀ ਜਿਹੜੇ ਡੇਰੇ ਆ ਜਾ ਕੇ ਮੱਥੇ ਟੇਕਦੇ ਸੀ ਕਾਂਗਰਸੀ ਤੇ ਅਕਾਲੀ ਉਹਨਾਂ ਨੂੰ ਟੇਕਣ ਦੀ ਲੋੜ ਨਹੀਂ ਪੈਗੀ ਕਿਉਂਕਿ ਇਹ ਸਾਬਤ ਕਰਤਾ ਲੋਕਾਂ ਨੇ ਕਿ ਲੋਕ ਜ਼ਿਆਦਾ ਤਾਕਤਵਰ ਨੇ ਡੇਰੇ ਤਾਕਤਵਰ ਨਹੀਂ ਹੈਗੇ ਤੇ ਉਸ ਕਰਕੇ ਹੁਣ ਜਿਹੜਾ ਹੈਗਾ ਆਮ ਆਦਮੀ ਪਾਰਟੀ ਤੇ ਤਾਂ ਕੋਈ ਪ੍ਰੋਬਲਮ ਹੈ ਹੀ ਨਹੀਂ ਇਹਨਾਂ ਨੇ ਡੇਰਿਆਂ ਦੀ ਮਦਦ ਹੀ ਨਹੀਂ ਲਈ ਸੋ ਇਨਸਾਫ ਦੌਰਾਂ ਚ ਕੋਈ ਮੁਸ਼ਕਿਲ ਨਹੀਂ ਹੈਗੀ ਸਟੇਟ ਦੇ ਕੋਲ ਅਧਿਕਾਰ ਹੁੰਦੇ ਨੇ ਕਿ ਫਾਸਟ ਟਰੈਕ ਕੋਰਟਸ ਬਣਾ ਸਕਦੇ ਨੇ ਸੋ ਜੇ ਸੁਪੋਜ਼ ਸਪੈਸ਼ਲ ਇੱਕ ਜੱਜ ਅਪਾਇੰਟ ਕਰ ਦੇਣ ਵੀ ਤੂੰ ਹੋਰ ਕੋਈ ਕੇਸ ਨਹੀਂ ਕਰਨਾ ਹੈ ਬੇਅਦਬੀਆਂ ਵਾਲਾ ਕੇਸ ਕਰਨਾ ਹੈ ਤੇ ਫਾਸਟ ਟਰੈਕ ਕਰਕੇ ਤੇ ਤੁਸੀਂ ਦੋ ਦੋ ਮਹੀਨਿਆਂ ਚ ਸਜ਼ਾਵਾਂ ਤੋਂ ਆ ਸਕਦੇ ਹੋ ਜਾਂ ਇਨਸਾਫ ਕਰ ਸਕਦੇ ਹੋ ਸਜ਼ਾ ਦੇਣ ਵਾਲਾ ਕੇਸ ਹੋਏਗਾ ਤੇ ਸਜ਼ਾ ਮਿਲੂਗੀ ਬੜੀ ਵਾਲਾ ਹੋਏਗਾ ਤੇ ਬੜੀ ਹੋਏਗੇ ਸੋ ਜਿਵੇਂ ਰੇਪ ਦੇ ਕੇਸ ਸੁਪਰੀਮ ਕੋਰਟ ਨੇ ਕਿਹਾ ਤਾਂ ਕਿ ਜਿਹੜਾ ਰੇਪ ਦੇ ਕੇਸ ਨੇ ਉਹ 6 ਮਹੀਨੇ ਫੈਸਲੇ ਹੋਣ ਹੋਣਗੇ 6 ਮਹੀਨੇ ਫੈਸਲੇ ਹੋ ਰਹੇ ਨੇ ਕਈਆਂ ਨੇ ਦੋ ਦੋ ਤਿੰਨ ਤਿੰਨ ਮਹੀਨੇ ਚ ਵੀ ਕੀਤੇ ਸੋ ਕੋਈ ਔਖਾ ਕੰਮ ਨਹੀਂ ਹੁੰਦਾ ਸਰਕਾਰ ਲਈ ਕੋਈ ਔਖਾ ਕੰਮ ਨਹੀਂ ਹੁੰਦਾ ਸਿਰਫ ਉਹ ਕੰਮ ਸਰਕਾਰ ਦੀ ਪ੍ਰਾਇੋਰਟੀ ਤੇ ਹੋਣਾ ਚਾਹੀਦਾ ਜਿਹੜੀਆਂ ਪਹਿਲੇ ਸਰਕਾਰਾਂ ਰਹੀਆਂ ਉਹਨਾਂ ਦੀ ਪ੍ਰਾਇੋਰਟੀ ਇਹ ਕੰਮ ਸੀਗੇ ਨਹੀਂ ਉਹਨਾਂ ਦਾ ਪ੍ਰਾਇੋਰਟੀ ਤੇ ਸੀਗਾ ਲੁੱਟ ਖਸੁੱਟ ਕਰਨੀ ਤੇ ਉਹ ਆਪਣੇ ਆਪ ਨੂੰ ਅਮੀਰ ਕਰਨ ਆਉਂਦੇ ਸੀ ਤੁਸੀਂ ਦੇਖਿਆ ਹੋਏਗਾ ਕਿ ਪੰਜਾਬ ਦੇ ਖਜ਼ਾਨੇ ਖਾਲੀ ਨੇ ਲੇਕਿਨ ਪੰਜਾਬੀ ਤਾਂ ਅਮੀਰ ਹੈ ਤੁਸੀਂ ਕੋਈ ਤੁਸੀਂ ਕੋਈ ਪੰਜਾਬੀ ਦੇਖਿਆ ਜਿਹੜਾ ਗਰੀਬ ਪੰਜਾਬੀ ਹੈ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ 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 ਫਾਰਮ ਲੇਬਰਰਸ ਹੈਗੇ ਨੇ ਕਾਮੇ ਹੈਗੇ ਨੇ ਹੈਨਾ ਜੀ ਦਿਹਾੜੀਦਾਰ ਐ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਆਮ ਜਿਹੜਾ ਪੰਜਾਬੀ ਹੈ ਪਰਫੁੱਲਤ ਹੋਇਆ ਸਮੇਂ ਦੇ ਨਾਲ ਉਹਦੇ ਕੋਲ ਪੈਸਾ ਹੈਗਾ ਲੇਕਿਨ ਸਟੇਟ ਕੋਲ ਨਹੀਂ ਹੈਗਾ ਸੋ ਮਿਸਮੈਨੇਜਮੈਂਟ ਵੀ ਹੈ ਬਦਨੀਤੀ ਵੀ ਹੈ ਠੱਗਪੁਣਾ ਵੀ ਹੈਗਾ ਉਹ ਸਾਰਾ ਕੁਝ ਸਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨਹੀਂ ਹੋਏਗਾ ਤੇ ਜੇ ਹੋਏਗਾ ਤੇ ਲੋਕ ਉਹਨਾਂ ਨੂੰ ਲਾ ਦੇਣਗੇ ਜਿੱਥੇ ਜਿੱਥੇ ਪੰਜਾਬ ਨੇ ਇੰਨਾ ਸੰਤਾਪ ਭੋਗਿਆ ਉਥੇ 5 ਸਾਲ ਹੋਰ ਆਪਾਂ ਦੇਖ ਲਾਂਗੇ ਐਂਡ ਆਰ ਵਾਲੇ ਸਮਝ ਦੇਖੋ ਨਾ ਆਂਦੇ ਅਸਾਰ ਵੀ ਹਸਪਤਾਲ ਵਾਸਤੇ ਆਰਡਰ ਕਰਤਾ ਜੀ ਹਸਪਤਾਲਾਂ ਦੇ ਵਿੱਚ ਟਾਈਮ ਸਿਰ ਡਾਕਟਰ ਆਣ ਤੇ ਟਾਈਮ ਸਿਰ ਇਲਾਜ ਹੋਵੇ ਉਧਰ ਉਹ ਸਿਕਿਉਰਿਟੀ ਵਿਦਡਰਾਅ ਦੇ ਆਰਡਰ ਕਰ ਦਿੰਦੇ ਨੇ ਐ ਨਾਇਰ ਕਹਿ ਕਹਤਾ ਵੀ ਚੰਡੀਗੜ੍ਹ ਨਹੀਂ ਬੈਠਣਾ ਲੋਕਾਂ ਨੇ ਆਪਣੇ ਪਿੰਡਾਂ 'ਚ ਬੈਣਾ ਜਿਹਨਾਂ ਇਲਾਕਿਆਂ 'ਚ ਤੁਸੀਂ ਅਪਾਇੰਟ ਇਲੈਕਟ ਹੋਏ ਹੋ ਉਹਨਾਂ 'ਚ ਬਹਿ ਕੇ ਲੋਕਾਂ ਨੂੰ ਮਿਲੋ ਕਿੰਨੇ ਵਧੀਆ ਆਰਡਰ ਨੇ ਹਾਲੇ ਤਾਂ ਸੌ ਨਹੀਂ ਚੁੱਕੀ ਸਮੇਂ ਤਾਂ ਬੜੀ ਆਸ ਹੈ ਐਂਡ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਕ੍ਰਿਸ਼ਮਾ ਕਰੇਗੀ ਤੇ ਅਸੀਂ ਵੀ ਸਾਰੇ ਸਪੋਰਟ ਕਰਾਂਗੇ ਉਹਨਾਂ ਸੀ ਡਰਗ ਮਾਫੀਆ ਦਾ ਕੇਸ ਜਿਹੜਾ ਹੈਗਾ ਮੈਂ ਹਾਈ ਕੋਰਟ ਪਿਛਲੇ 7 ਸਾਲਾਂ ਤੋਂ ਕਰ ਰਹੇ ਹਾਂ ਜਿਹੜਾ ਵਿਕਰਮ ਸਿੰਘ ਮਜੀਠੀਆ ਉਹ ਮੇਰੇ ਕੇਸ ਦੇ ਕਰਕੇ ਹੀ ਅੰਦਰ ਗਿਆ 12 ਮੁਲਜ਼ਮ ਐਸੇ ਨੇ ਜਿਹੜੇ ਬਾਹਰੋਂ ਐਕਸਟਰਡਾਈਟ ਕਰਾਣੇ ਨੇ ਜਿਹੜੇ ਕਿ ਮਜੀਠੀਆ ਨਾਲ ਇਨਵੋਲਡ ਸਿਗੇ ਪੁਲਿਸ ਅਫਸਰਾਂ ਦੇ ਖਿਲਾਫ ਇਨਕੁਆਰੀਆਂ ਆਈਆਂ ਹੀਆਂ ਜਿਨ੍ਹਾਂ ਨੂੰ ਹਾਲੇ ਤੱਕ ਕੱਢਿਆ ਨਹੀਂ ਗਿਆ ਨੌਕਰੀ ਚੋਂ ਇਹ ਐਕਸ਼ਨ ਨਹੀਂ ਲਿਆ ਗਿਆ ਸੋ ਇਹ ਸਾਰੇ ਕੰਮ ਜਿਹੜੇ ਰੁਕੇ ਪਏ ਨੇ ਭਾਵੇਂ ਬੇਅਦਬੀਆਂ ਦੇ ਕੇਸ ਹੋਣ ਭਾਵੇਂ ਡਰੱਗ ਮਾਫੀਆ ਦੇ ਕੇਸ ਹੋਣ ਜੇ ਜੁਰਤ ਹੋਵੇ ਤੇ ਤੁਹਾਡੀ ਇਨਕਲਿਨੇਸ਼ਨ ਹੋਵੇ ਤੇ ਸਰਕਾਰ ਕੋਲ ਬੜਾ ਵਧੀਆ ਮੌਕਾ ਹੈ ਅਸੀਂ ਆਸ ਕਰਦੇ ਹਾਂ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਤਕੜੇ ਹੋ ਕੇ ਇਹਨਾਂ ਮਾਫੀਆਜ਼ ਨੂੰ ਪਵੇਗੀ ਤਾਂ ਹੀ ਲੋਕਾਂ ਦੇ ਦਾ ਉਹਨਾਂ 'ਚ ਇਤਬਾਰ ਬਣੇਗਾ ਕਿ ਤਾਂ ਹੀ ਉਹ ਕੋਈ ਇੱਕ ਬਦਲਾਵ ਲੈ ਕੇ ਆ ਸਕਣਗੇ ਜਿਹੜੇ ਅਰਵਿੰਦ ਕੇਜਰੀਵਾਲ ਹੋਰਾਂ ਦਾ ਇੱਕ ਸੁਪਨਾ ਹੈਗਾ ਤੇ ਉਹ ਅੱਗੇ ਵਧੇਗਾ ਹ ਬਿਕਰਮ ਸਿੰਘ ਮਜੀਠੀਆ ਨੇ ਕਿਆ ਸੀਗਾ ਕਿ ਵੀ ਜਿਹੜਾ ਇਹ ਪੋਲੀਟੀਕਲ ਵੈਂਡੇਟਾ ਹੋ ਰਿਹਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਡਰੱਗ ਮਾਫੀਆ ਨੂੰ ਲੈ ਕੇ ਤੇ ਹੁਣ ਤੁਸੀਂ ਉਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਕਿ ਵੀ ਇਹਦੇ ਵਿੱਚ ਕੀ ਜੀ ਐਸ ਸਟੇਟਮੈਂਟ ਬਿਲਕੁਲ ਗਲਤ ਹੈ ਅਸੀਂ 2013 ਵਿੱਚ ਇਹ ਕੇਸ ਫਾਈਲ ਕੀਤਾ ਸੀਗਾ ਐਂਡ 2013 ਦੇ ਵਿੱਚ ਜਿਹੜਾ ਕੇਸ ਹੈ ਲਾਇਰਸ ਫॉर ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ ਫਾਈਲ ਕੀਤਾ ਗਿਆ ਅਸੀਂ ਜਥੇਬੰਦੀ ਹਿਊਮਨ ਰਾਈਟਸ ਦੀ ਜਥੇਬੰਦੀ ਹੈ ਅਸੀਂ ਉਹ ਕੇਸ ਲੜਿਆ ਕਿਸੇ ਪੋਲਿਟਿਕਲ ਪਾਰਟੀ ਨੇ ਕੇਸ ਨਹੀਂ ਲੜਿਆ ਸਾਡੇ ਹੁਕਮਾਂ ਦੇ ਉੱਤੇ ਹੀ ਇਨਕੁਆਰੀਆਂ ਹੋਈਆਂ ਸਾਡੇ ਹੁਕਮਾਂ ਤੇ ਹੀ ਐਫ ਆਈ ਆਰ ਹੋਇਆ ਤੇ ਸਾਡੇ ਹੁਕਮਾਂ ਦੇ ਕਰਕੇ ਹੀ ਜਿਹੜੇ ਸਾਡੇ ਯਤਰਾ ਦੇ ਕਰਕੇ ਹੀ ਬਿਕਰਮ ਸਿੰਘ ਵਿਜੀਠੀ ਅੱਜ ਅੰਦਰ ਗਿਆ ਤੇ ਬਾਕੀ ਵੀ ਬੰਦੇ ਬਾਹਰ ਐਕਸਟਰਾ ਡਾਈਟ ਹੋਣਗੇ ਤੇ ਨਾਲ ਜਿਹੜਾ ਹੈਗਾ ਪੁਲਿਸ ਵਾਲੇ ਵੀ ਜਿਹੜੇ ਇਹਦੇ ਚ ਇਨਵੋਲਡ ਨੇ ਉਹ ਉਹ ਕਟਰੀ ਦੇ ਵਿੱਚ ਖੜੇ ਹੋਣਗੇ ਸੋ ਕੋਈ ਪੋਲਿਟੀਕਲ ਗੱਲ ਸੀਗੀ ਨਹੀਂ ਰਾਦਰ ਪੋਲਿਟਿਕਸ ਨੇ ਤਾਂ ਮਦਦ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ 4.5 ਸਾਲ ਵਿਕਰਮ ਸਿੰਘ ਵਿਜੀਠੀਆ ਦੇ ਕੇਸ ਦੀ ਰਿਪੋਰਟ ਜਿਹੜੀ ਉਹਨੇ ਆਪ ਸਬਮਿਟ ਕੀਤੀ ਸੀ ਉਹਨੂੰ ਦੱਬ ਕੇ ਬੈਠਾ ਰਿਆ ਅਸੀਂ ਅਦਾਲਤ ਨੂੰ ਕਿਹਾ ਵੀ ਰਿਪੋਰਟ ਤਾਂ ਜਿਹੜੀ ਹੈਗੀ ਇਹਨਾਂ ਦੀ ਆਪਣੀ ਇਹਨਾਂ ਨੂੰ ਖੋਲਣ ਚ ਕੀ ਚੀਜਕ ਹੈਗੀ ਤੇ ਜੱਜ ਨੇ ਵੀ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਕੀ ਮੁਸ਼ਕਲ ਹੈ ਉਹ ਤੱਕ ਐਡਵੋਕੇਟ ਜਨਰਲ ਬਦਲਿਆ ਜਾ ਚੁੱਕਿਆ ਸੀਗਾ ਉਹਨਾਂ ਨੇ ਰਿਪੋਰਟ ਖੋਲ ਕੇ ਤੇ ਪਰਚਾ ਦਰਜ ਕਰਕੇ ਜਿਹੜਾ ਅੱਗੇ ਕਾਰਵਾਈ ਕੀਤੀ ਸੋ ਇਹ ਕੋਈ ਗੱਲ ਨਹੀਂ ਹੁਣ ਤੱਕ ਦੀ ਜਿੰਨੀਆਂ ਸਰਕਾਰਾਂ ਨੇ ਉਹ ਡਰੱਗ ਮਾਫੀਆ ਨੂੰ ਦਬਾਉਂਦੀਆਂ ਆਈਆਂ ਨੇ ਮਦਦ ਕਰਦੀਆਂ ਰਹੀਆਂ ਨੇ ਸੋ ਪੋਲਿਟੀਕਲ ਗੱਲ ਕਿੱਥੋਂ ਹੋ ਗਈ ਪੋਲਿਟੀਕਲ ਪੋਲਿਟਿਕਸ ਤਾਂ ਉਹਨੂੰ ਮਦਦ ਕਰ ਰਹੀ ਸੀ ਜੀ ਅਸੀਂ ਹਿਊਮਨ ਰਾਈਟਸ ਵਾਲੇ ਲੜੇ ਆ ਤੇ ਇਹ ਕਿਵੇਂ ਕਹਿ ਸਕਦੇ ਜੀ ਪੋਲਿਟੀਕਲੀ ਮੋਟੀਵੇਟਿਡ ਹੈ ਸੋ ਸਭ ਗਲਤ ਹੈ ਇੱਕ ਰਿਕਾਰਡ ਬੋਲਦਾ ਪਿਆ ਵੀ ਲਾਇਜ਼ ਫॉर ਹਿਊਮਨ ਰਾਈਟਸ ਇੰਟਰਨੈਸ਼ਨਲ ਦੇ ਕੇਸ ਦੇ ਵਿੱਚ ਸਾਰਾ ਪਰਚਾ ਦਰਜ ਹੋਇਆ ਸਾਰੀ ਇਨਕੁਆਰੀ ਹੋਈ ਹੈ ਤੇ ਅਸੀਂ ਸਾਡੇ ਹੀ ਯਤਨਾਂ ਸਦਕੇ ਜਿਹੜਾ ਅਦਾਲਤ ਨੇ ਇਹ ਕਾਰਵਾਈ ਕੀਤੀ ਤੇ ਹੁਣ ਤੁਹਾਨੂੰ ਕੀ ਲੱਗਦੀ ਹੈ ਆਸ ਜਿਹੜੀ ਹੁਣ ਤੱਕ ਦੀ ਜਿਹੜੀ ਤੁਸੀਂ ਆਪਣੀ ਕਾਰਵਾਈ ਕਰਕੇ ਦਿੱਤੀ ਹੈ ਅਦਾਲਤ ਤੱਕ ਸਬੂਤ ਪੇਸ਼ ਕੀਤੇ ਨੇ ਕੀ ਤੁਹਾਨੂੰ ਆਸ ਲੱਗਦੀ ਹੈ ਅਦਾਲਤ ਤੋਂ ਕਿ ਲੋਕਾਂ ਨੂੰ ਇਨਸਾਫ ਮਿਲੇਗਾ ਕਿੰਨੀ ਕੁ ਦੇਰ ਤੱਕ ਮਿਲ ਸਕਤੇ ਹੈ ਦੇਖੋ ਹਾਲੇ ਦਾ ਕੇਸ ਸ਼ੁਰੂ ਹੋਇਆ ਹੈ ਹਾਲੇ ਹਾਈ ਕੋਰਟ ਵਿੱਚ ਜ਼ਮਾਨਤ ਲਗਾਨੀ ਬਿਕਰਮ ਸਿੰਘ ਵਿਜੀਠੀਆ ਨੇ ਜ਼ਮਾਨਤ ਹੁੰਦੀ ਹੈ ਜਾਂ ਨਹੀਂ ਹੁੰਦੀ ਕਿਹੜੇ ਸਬੂਤ ਇਕੱਠੇ ਹੋਏ ਨੇ ਦੇਖੋ ਕਿ ਉਧਰੋਂ ਇਲੈਕਸ਼ਨ ਆਈ ਜਿਹੜੇ ਪੁਲਿਸ ਵਾਲਿਆਂ ਨੇ ਜਿਨ੍ਹਾਂ ਨੇ ਰਿਮਾਂਡ ਦੀ ਐਪਲੀਕੇਸ਼ਨ ਦੇਣੀ ਸੀਗੀ ਵਿਕਰਮ ਸਿੰਘ ਵਿਜੀਠੀਆ ਵਾਸਤੇ ਉਹਨਾਂ ਨੇ ਰਿਮਾਂਡ ਦੀ ਐਪਲੀਕੇਸ਼ਨ ਵੀ ਨਹੀਂ ਦਿੱਤੀ ਐ ਡਰ ਦੇ ਮਾਰੇ ਵੀ ਕਿਦਰੇ ਕੱਲੋਂ ਅਕਾਲੀ ਦਲ ਨਾਲ ਪਾਵਰ ਚਾ ਰਹੇ ਹੋਏ ਇਹਨਾਂ ਫਰਕ ਪੈਂਦਾ ਨਿਜ਼ਾਮ ਦਾ ਉਹਨਾਂ ਨੂੰ ਪਹਿਲਾਂ ਚੱਲ ਗਿਆ ਵੀ ਕਾਂਗਰਸ ਹਾਰ ਰਹੀ ਹੈ ਅਕਾਲੀ ਨਾਲ ਜਿੱਤ ਜਾਣ ਉਹਨਾਂ ਨੇ ਦਰਖਾਸਤ ਹੀ ਨਹੀਂ ਦਿੱਤੀ ਸੋ ਕੇਸ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਸੋ ਇਹ ਗੱਲਾਂ ਸਾਰੀਆਂ ਜਿਹੜੀਆਂ ਨੇ ਤਾਂ ਹੀ ਮੈਂ ਕਹਿ ਰਿਹਾ ਨਿਜ਼ਾਮ ਠੀਕ ਹੋਵੇ ਜੇ ਨਿਜ਼ਾਮ ਚਾਵੇ ਵੀ ਇਨਸਾਫ ਮਿਲਣਾ ਚਾਹੀਦਾ ਹੈ ਤੇ ਉਹ ਫੈਸਿਲੀਟੇਟ ਕਰ ਦਿੰਦਾ ਜੇ ਚਾਹੇ ਤੇ ਉਹ ਰਾਹ ਰੋੜੇ ਅਟਕਾ ਕੇ ਮਦਦ ਕਰ ਦਿੰਦਾ ਮੁ슬ਮਾਨਾਂ ਦੀ ਮੈਂ ਨਹੀਂ ਕਹਦਾ ਬਿਕਰਮਜੀਤ ਸਿੰਘ ਬਜੀਠੀਆ ਜਿਹੜਾ ਹੈਗਾ ਭਈ ਉਹਨੇ ਉਹ ਕਸੂਰਵਾਰ ਹੈ ਕਸੂਰਵਾਰ ਤਾਂ ਅਦਾਲਤ ਜਦੋਂ ਉਹਨੂੰ ਉਸ ਕਸੂਰਵਾਰ ਠਰਾਈਗੀ ਉਦੋਂ ਹੋਏਗੀ ਪਰ ਇੰਨੇ ਕਿ ਤੱਤਾ ਸੀਗੇ ਵੀ ਉਹਨੂੰ ਪੁੱਛਗਿਛ ਕੀਤੀ ਜਾਂਦੀ ਤੇ ਤੁਸੀਂ ਦਰਖਾਸਤ ਵੀ ਨਹੀਂ ਦਿੱਤੀ ਪੁੱਛਿਸ਼ ਕਰਨ ਦੀ ਸਿਰਫ ਐਸ ਕਰਕੇ ਵੀ ਤੁਹਾਨੂੰ ਨਜ਼ਰ ਆ ਗਿਆ ਵੀ ਕਾਂਗਰਸ ਨਹੀਂ ਜਿੱਤਰੀ ਸੋ ਅੱਜ ਆਮ ਆਦਮੀ ਪਾਰਟੀ ਜਿਹੜੀ ਹੈ ਆਈ ਹੈ ਜਿਨ੍ਹਾਂ ਦਾ ਪਹਿਲੇ ਦਿਨ ਤੋਂ ਹੈ ਕਲੇਮ ਹੈ ਕਿ ਮਜੀਠੀਆ ਜਿਹੜਾ ਹੈਗਾ ਡਰੱਗ ਮਾਫੀਆ ਨੂੰ ਹੈਡ ਕਰਦਾ ਜਿਹਦੇ ਕਰਕੇ ਕੇਸ ਵੀ ਚੱਲੇ ਸੰਜੇ ਸਿੰਘ ਹੋਰਾਂ ਤੇ ਹੱਲ ਵੀ ਅੰਮ੍ਰਿਤਸਰ ਕੇਸ ਚੱਲ ਰਿਹਾ ਤੇ ਜਿਹੜਾ ਹੈਗਾ ਕੇਜਰੀਵਾਲ ਜੀ ਨੂੰ ਜਿਹੜਾ ਹੈਗਾ ਮਾਫੀ ਮੰਗ ਕੇ ਵਾਪਸ ਲੈਣੇ ਪਏ ਆਪਣੀ ਸਟੇਟਮੈਂਟ ਪਰ ਸਟੇਟਮੈਂਟ ਤਾਂ ਸੱਚ ਸੀ ਕਿਈ ਖ਼ਬਾਰਾਂ ਨੇ ਵੀ ਮਾਫੀਆਂ ਮੰਗੀਆਂ ਪਰ ਅਲਟੀਮੇਟਲੀ ਪਰਚਾ ਤਾਂ ਦਰਜ ਹੋ ਗਿਆ ਸਬੂਤ ਸੀਗੇ ਤਾਂ ਹੀ ਪਰਚਾ ਦਰਜ ਹੋਇਆ ਹੈ ਬਿਨਾ ਸਬੂਤਾਂ ਤਾਂ ਹਾਈ ਕੋਰਟ ਪਰਚਾ ਨਹੀਂ ਦਰਜ ਕਰਾਉਂਦੀ ਫਿਰ ਹਾਈ ਕੋਰਟ ਨੇ ਐਂਟੀਸਿਪਟਰੀ ਬੇਲ ਨਹੀਂ ਦਿੱਤੀ ਸੁਪਰੀਮ ਕੋਰਟ ਗਿਆ ਸੁਪਰੀਮ ਕੋਰਟ ਨੇ ਨਹੀਂ ਦਿੱਤੀ ਸੁਪਰੀਮ ਕੋਰਟ ਨੇ ਇਹ ਕਿਹਾ ਤਾਂ ਵੀ ਇਲੈਕਸ਼ਨ ਦੇ ਬਾਅਦ ਤੂੰ ਸਰੈਂਡਰ ਕਰ ਦੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਤਨੂਸੀ ਜ਼ਮਾਨਤ ਦੇਣੇ ਉਹਨੇ ਇਹ ਕਹਿੰਦੇ ਰਹੇ ਜੀ ਕਿ ਕਿਸੇ ਅਦਾਲਤ ਨੇ ਕੁਝ ਨਹੀਂ ਪਾਇਆ ਜੇ ਅਦਾਲਤ ਨੇ ਕੁਝ ਨਹੀਂ ਪਾਇਆ ਤੇ ਤੂੰ ਅੰਦਰ ਕਿਉਂ ਹੈ ਬਈ ਭਰਾਵਾ ਹਾਈ ਕੋਰਟ ਨੇ ਤੈਨੂੰ ਰਿਲੀਫ ਨਹੀਂ ਦਿੱਤੀ ਸੁਪਰੀਮ ਕੋਰਟ ਨੇ ਤੈਨੂੰ ਨਹੀਂ ਦਿੱਤੀ ਹੁਣ ਟ੍ਰਾਇਲ ਕੋਰਟ ਨੇ ਤੇਰੀ ਰੈਗੂਲਰ ਬੇਲ ਨਹੀਂ ਕੀਤੀ ਹਾਈ ਕੋਰਟ ਅਜੇ ਤੂੰ ਫਾਈਲ ਕਰਨੀ ਹੈ ਪੁਲਿਸ ਵਾਲੇ ਤੇਰੀ ਮਦਦ ਕਰ ਰਹੇ ਰਿਮਾਂਡ ਨਹੀਂ ਲੈ ਰਹੇ ਪੁੱਛਗਿਛ ਤਾਂ ਬੰਦੀ ਸੀ ਨਾ ਉਹ ਉਹ ਵੀ ਦਰਖਾਸਤ ਨਹੀਂ ਉਹਨਾਂ ਨੇ ਦਿੱਤੀ ਡਰ ਗਏ ਵੀ ਕਿਦਰ ਅਕਾਲੀ ਦਲ ਪਾਵਰ ਚ ਆ ਗਿਆ ਤੇ ਮੁੜ ਕੇ ਇਹਨਾਂ ਨੇ ਬੀਜੇਪੀ ਤੇ ਅਕਾਲੀ ਦਲ ਦੀ ਸਰਕਾਰ ਆ ਗਈ ਤੇ ਸਾਨੂੰ ਖਿੱਚਣਗੇ ਉਹਨਾਂ ਨੇ ਕਿਹਾ ਜੀ ਦਰਖਾਸਤ ਹੀ ਨਾ ਦਿਓ ਇਹ ਤਾਂ ਹਾਲ ਹੈ ਪੁਲਿਸ ਵਾਲਿਆਂ ਦਾ ਨਵਕਰਨ ਜੀ ਮੇਰਾ ਲਾਸਟ ਸਵਾਲ ਹੈ ਸੁਖਪਾਲ ਖਹਿਰਾ ਨੇ ਇੱਕ ਐਲੀਗੇਸ਼ਨ ਲਗਾਏ ਸੀ ਕਿ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਸੀਗਾ ਕਿ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜੇਕਰ ਪੰਜਾਬ ਦੇ ਵਿੱਚ ਬਣ ਜਾਂਦੀ ਹੈ ਤਾਂ ਦਿੱਲੀ ਤੋਂ ਆ ਕੇ ਬੰਦੇ ਇਹਨਾਂ ਮੰਤਰੀਆਂ ਦੇ ਸਿਰ ਤੇ ਬੈਠਣਗੇ ਉਹ ਇਹਨਾਂ ਨੂੰ ਕਹਿ ਕੇ ਕੰਮ ਕਰਵਾਉਣਗੇ ਕਿੰਨਾ ਕੁ ਜਾਇਜ਼ ਸਮਝ ਦੇ ਉਹਨਾਂ ਦੇ ਵੱਲੋਂ ਦਿੱਤਾ ਗਿਆ ਬਿਆਨ ਦੇਖੋ ਜੀ ਸੁਖਪਾਲ ਖਹਿਰਾ ਹੋਰ ਉਹਨੂੰ ਪਰਸਨਲ ਪਤਾ ਹੋਏਗਾ ਕਿਉਂਕਿ ਉਹ ਪਾਰਟੀ ਵਿੱਚ ਐਮਐਲਏ ਰਹੇ ਨੇ ਤੇ ਮੈਂ ਤਾਂ ਇਹ ਸਮਝਦਾ ਵੀ ਜਦੋਂ ਤੁਸੀਂ ਕਿਸੇ ਪਾਰਟੀ ਨੂੰ ਛੱਡ ਦਿਓ ਤਾਂ ਤੁਹਾਨੂੰ ਜਿਹੜੇ ਹੈਗੇ ਉਹਨਾਂ ਦੇ ਖਿਲਾਫ ਵੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਇਹ politix ਦੇ ਨਿਯਮ ਨਹੀਂ ਹੈ ਜਿਹਨਾਂ ਨਾਲ ਤੁਸੀਂ ਰਹੇ ਉਦੋਂ ਚੰਗੇ ਸੀਗੇ ਤੇ ਅੱਜ ਮਾੜੇ ਹੋ ਗਏ ਸੋ ਰਿਸਟ੍ਰੇਨ ਰੱਖਣਾ ਚਾਹੀਦਾ ਹੈ ਪਾਰਟੀਆਂ ਦਾ ਇਹ ਵੀ ਕੋਈ ਪਤਾ ਨਹੀਂ ਵੀ ਆਰ ਵਾਲੇ ਸਮੇਜ ਦੁਆਰਾ ਹੀ ਖੇਰਾ ਸਾਹਿਬ ਆਮ ਆਗਮੀ ਪਾਰਟੀ 'ਚ ਆ ਜਾਣ ਸੋ ਇਹ ਸਮਝ ਦੱਸੇਗਾ ਤੇ ਜੇ ਬੰਦੇ ਆ ਕੇ ਬੈਠਣ ਸੁਪੋਜ਼ ਦਿੱਲੀ ਕੋਲ ਤਜਰਬਾ ਹੈਗਾ ਤੇ ਉਹ ਆਪਣੀ ਮਦਦ ਕਰਨ ਲਈ ਜਿਹੜੇ ਹੁਣ ਸਾਰੇ ਸਾਰੇ ਨਵੇਂ ਮਿਨਿਸਟਰ ਬਣਨੇ ਨੇ ਕਿ ਸੇ ਕੋਲਕਾਤਾ ਯਰਬਾਨੀ ਕਿਸੇ ਨੇ ਤਾਂ ਉਹਨਾਂ ਨੂੰ ਦੱਸਣਾ ਜਾਂ ਬਿਊਰੋਕਰੇਸੀ ਦੇ ਡਿਪੈਂਡੈਂਟ ਹੋਣਗੇ ਜਾਂ ਕੋਈ ਜਿਹੜਾ ਹੈਗਾ ਦਿੱਲੀ ਤੋਂ ਉਹਨਾਂ ਨੂੰ ਕੋਈ ਐਡਵਾਈਜ਼ਰਸ ਮਿਲਣਗੇ ਮਾੜੀ ਕੀ ਗੱਲ ਹੈ ਗੱਲ ਹੈ ਵੀ ਉਹਨਾਂ ਦੇ ਜਿਹੜੇ ਐਕਸ਼ਨ ਨੇ ਉਹ ਪੰਜਾਬ ਹਿੱਤ ਚ ਹੈਗੇ ਕਿ ਨਹੀਂ ਹੈਗੇ ਕੀ ਪੰਜਾਬ ਦੇ ਹਿੱਤਾਂ ਦੀ ਉਹ ਰਾਖੀ ਕਰਦੇ ਕਿ ਨਹੀਂ ਕਰਦੇ ਇਹ ਸਮਾ ਦੱਸੇਗਾ ਸੋ ਜੇ ਪੰਜਾਬ ਦੇ ਹਿੱਤਾਂ ਦੇ ਖਿਲਾਫ ਜਾਣਗੇ ਪੰਜਾਬੀ ਤਾਂ ਕਿਸੇ ਨੂੰ ਛੱਡਦੇ ਨਹੀਂ ਇਹਨਾਂ ਨੂੰ ਕੱਢ ਦੇਣਗੇ ਸੋ ਆਸ ਹੈਗੀ ਹੈ ਸਮਾਂ ਦੇਣਾ ਚਾਹੀਦਾ ਸਾਨੂੰ 6 ਮਹੀਨੇ ਸਾਲ ਤੁਹਾਨੂੰ ਪਾਸ ਚੱਲ ਜਾਏਗਾ ਵੀ ਕੀ ਕਰਦੇ ਨੇ ਕੀ ਨਹੀਂ ਕਰਦੇ ਨਹੀਂ ਤਾਂ ਜਿੱਥੇ ਬਾਕੀ ਪਾਰਟੀ ਗਈ ਹੈ ਵੀ ਪਾਰਟੀ ਚਲੀ ਜਾਏਗੀ ਸ਼ੁਕਰੀ ਸੋ ਗੱਲਬਾਤ ਹੋਈ ਹੈ ਇਹ ਸੰ ਐਡਵੋਕੇਟ ਨਵਕਿਰਨ ਸਿੰਘ ਜਿਨ੍ਹਾਂ ਨੇ ਵੀ ਆਸ ਪ੍ਰਗਟਾਈ ਹੈ ਆਮ ਆਦਮੀ ਪਾਰਟੀ ਤੋਂ ਕਿਉਂਕਿ ਰਵਾਇਤੀ ਪਾਰਟੀਆਂ ਲਗਾਤਾਰ ਰਾਜ ਕਰਦੀਆਂ ਆ ਰਹੀਆਂ ਸਨ ਜਿਹੜੇ ਪੰਜਾਬ ਦੇ ਲੋਕ ਵੀ ਸਨ ਉਹ ਵੀ ਬਦਲਾ ਚਾਹੁੰਦੇ ਸਨ ਤੇ ਹੁਣ ਬਦਲਾਅ ਕੀ ਹੋਵੇਗਾ ਇਹ ਵੀ ਦੇਖਣਾ ਬਾਥਾ ਐਮ ਹੋਵੇਗਾ ਤੁਸੀਂ ਬਣੇ ਰਹੋ ਚੱਕ ਪਾਣੀ ਟੀਵੀ ਦੇ ਨਾਲ ਮੇਰੇ ਨਾਲ ਕੈਮਰਾ ਪਰ ਸੰਚੇਨ